What is the definition of love? Can love be fully expressed in words? No. There are a lot of things in this world that cannot be fully expressed in language or words. For example, a mother's love for the child. A mother kisses her child, hugs the child, etc. However, when you ask the mother to express her love for the child, more often than not, the mother would reply that she cannot express her love. It is more of her actions. Maa kahegi bhi mere kol oh zariya nahi hega, tarika nahi hega, jinde sadka main apna pyar tuhanu dassanga, bas mere karma tu kamma tu tusi jaan sakde ho. Pyar apne aap de vich ik bhasha hai, par oh bhasha jinde kol akhar nahi hege. Duniya de andar jinniyan bhashawan ne, apan vekhde haan English de 26 akhar ne, 26 ne, ਪੰਜਾਬੀ ਦੇ ਕਹਿ ਦਿੰਦੇ 32 ਨੇ, ਖਿਮਾ ਕਰਨਾ 35 ਨੇ, ਜਿੰਨੀਆਂ ਭਾਸ਼ਾਵਾਂ ਨੇ ਕਿਸੇ ਦੇ 30 ਨੇ, 25 ਨੇ, 35 ਨੇ, 32 ਨੇ, 31 ਨੇ. ਪਰ ਪਿਆਰ ਇੱਕ ਇਦਾਂ ਦੀ ਭਾਸ਼ਾ ਹੈ ਵੀ ਇਹਦਾ ਕੋਈ ਸ਼ਬਦ ਨਹੀਂ ਹੈਗਾ. ਤੁਸੀਂ ਪੁੱਛੋਗੇ ਵੀ ਪਿਆਰ ਇੱਕ ਭਾਸ਼ਾ ਹੈ? ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਭਾਖਿਆ ਭਾਵ ਅਪਾਰ, ਪਿਆਰ ਭਾਸ਼ਾ ਹੈ ਤੇ ਭਾਸ਼ਾ ਦਾ ਸ਼ਬਦ ਹੁੰਦਾ ਹੈ. ਹਰੇਕ ਭਾਸ਼ਾ ਦੇ ਸ਼ਬਦ ਹੁੰਦੇ ਨੇ. ਹੁਣ ਪੰਜਾਬੀ ਵੇਖਦੇ ਹਾਂ ਲਗਾਂ ਮਾਤਰਾਵਾਂ ਨੇ, ਸਿਹਾਰੀ ਬਿਆਰੀ ਕੰਨਾਂ ਲਾਵਾਂ ਦੁਲਾਵਾਂ ਅੱਖਰ ਨੇ, ਬਿੰਦੀ ਵਾਲੇ ਅੱਖਰ ਨੇ ਪੰਜਾਬੀ ਦੇ, 6 ਅੱਖਰ ਆਪਾਂ ਬਿੰਦੀ ਵਾਲੇ ਮੰਨਦੇ ਹਾਂ. ਪਿਆਰ ਇੱਕ ਭਾਸ਼ਾ ਹੈ ਤੇ ਪਿਆਰ ਰੂਪੀ ਭਾਸ਼ਾ ਦੇ ਅੱਖਰ ਕਿਹੜੇ ਨੇ? ਸਾਹਿਬ ਕਹਿੰਦੇ ਵੀ ਇੱਕ ਇੱਦਾਂ ਦੀ ਭਾਸ਼ਾ ਹੈ ਜਿਹਦਾ ਅੱਖਰ ਹੀ ਕੋਈ ਨਹੀਂ ਹੈਗਾ. ਪਿਆਰ ਦਾ ਕੋਈ ਅੱਖਰ ਨਹੀਂ ਹੈਗਾ. ਦੁਨੀਆਂ ਦੇ ਵਿੱਚ ਬੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਆਪਾਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ. ਸਾਹਿਬ ਕਹਿੰਦੇ ਪਿਆਰ ਉਹਨਾਂ ਦੇ ਵਿੱਚ ਆ ਜਾਂਦਾ ਹੈ. ਪਿਆਰ ਬੰਦਾ ਮਹਿਸੂਸ ਕਰ ਸਕਦਾ, ਫੀਲ ਕਰ ਸਕਦਾ, ਕਿਸੇ ਨੂੰ ਵਿਖਾ ਨਹੀਂ ਸਕਦਾ. ਹਜ਼ੂਰ ਕਹਿੰਦੇ ਨੇ ਵੀ ਇਹ ਜਿਹੜੀ ਪਿਆਰ ਦੀ ਭਾਸ਼ਾ ਹੈ, ਰੱਬ ਤੇ ਸਮਝਦਾ ਸਮਝਦਾ ਹੈ, ਰੱਬ ਦੀ ਜਿਹੜੀ ਕ੍ਰੀਏਸ਼ਨ ਹੈ, ਰੱਬ ਦੀ ਜਿਹੜੀ ਕੁਦਰਤ ਹੈ, ਉਹ ਵੀ ਸਮਝਦੀ ਹੈ. ਉਹ ਕਿਵੇਂ? ਪਿਆਰ ਦੇ ਨਾਲ ਤੁਸੀਂ ਇੱਕ ਕੂਕਰ ਨੂੰ, ਕੁੱਤੇ ਨੂੰ ਬੁਲਾਓ, ਉਹ ਤੁਹਾਡੇ ਕੋਲ ਆ ਜਾਏਗਾ. ਪਿਆਰ ਨਾਲ ਇੱਕ ਬਿੱਲੀ ਨੂੰ ਬੁਲਾਓ, ਉਹ ਵੀ ਤੁਹਾਡੇ ਕੋਲ ਆ ਜਾਏਗੀ. ਪਿਆਰ ਦੀ ਭਾਸ਼ਾ ਪੰਛੀ ਵੀ ਸਮਝਦੇ ਨੇ, ਪਿਆਰ ਦੀ ਭਾਸ਼ਾ ਪਸ਼ੂ ਵੀ ਸਮਝਦੇ ਨੇ. ਆਪਾਂ ਵੇਖਦੇ ਹਾਂ ਕਈਆਂ ਦਾ ਬੜਾ ਸਨੇਹ ਹੁੰਦਾ ਡੋਗ ਦੇ ਨਾਲ, ਘਰਾਂ ਦੇ ਵਿੱਚ ਰੱਖਿਆ ਹੁੰਦਾ, ਉਹ ਹਰੇਕ ਗੱਲ ਨੂੰ ਸਮਝਦਾ ਹੈ, ਹਰੇਕ ਇਸ਼ਾਰੇ ਨੂੰ ਸਮਝਦਾ ਹੈ. ਹੁਣ ਜੇ ਆਪਾਂ ਆਖੀਏ ਵੀ ਉਹਨੂੰ ਆਪਾਂ ਇੰਗਲਿਸ਼ ਵਿੱਚ ਕਹਿੰਦੇ ਹਾਂ, ਪੰਜਾਬੀ 'ਚ ਕਹਿੰਦੇ ਹਾਂ, ਹਿੰਦੀ ਵਿੱਚ ਕਹਿੰਦੇ ਹਾਂ, ਅਸੀਂ ਕੁਝ ਆਖਦੇ ਹਾਂ ਪਿਆਰ ਵਿੱਚ, ਪਰ ਉਹ ਸਾਡੇ ਪਿਆਰ ਨੂੰ ਸਮਝਦਾ ਹੈ. ਕਹਿਣ ਤੋਂ ਭਾਵ, ਕਹਿਣ ਤੋਂ ਮੁਰਾਦ ਵੀ ਜੋ ਪਿਆਰ ਹੈ ਆਪਣੇ ਆਪ ਵਿੱਚ ਇੱਕ ਭਾਸ਼ਾ, ਪਰ ਇੱਦਾਂ ਦੀ ਭਾਸ਼ਾ ਜਿਹਦਾ ਕੋਈ ਵੀ ਸ਼ਬਦ ਨਹੀਂ ਹੈਗਾ. ਮੁਹੰਮਦ ਇਕਬਾਲ ਨੇ ਇੱਕ ਗੱਲ ਕਹੀ, ਉਹ ਕਹਿੰਦਾ ਹਕੀਕਤ ਮੇਂ ਮੁਹੱਬਤ ਹੀ ਨਿਸ਼ਾਨੀ ਜ਼ਿੰਦਗਾਨੀ ਹੈ, ਫਨਾ ਹੈ ਸਾਰਾ ਆਲਮ, ਮੁਹੱਬਤ ਗੈਰ ਫਾਨੀ ਹੈ, ਮੁਹੱਬਤ ਮੇਂ ਲਾਜ਼ਮ ਹੈ ਸਭ ਕੁਝ, ਫਿਦਾ ਕਰ ਦੇ ਮੁਹੱਬਤ ਮੇਂ ਐਸੀ ਤਾਕਤ ਹੈ ਬੰਦੇ ਕੋ ਖੁਦਾ ਕਰ ਦੇ. ਉਹ ਕਹਿਣ ਲੱਗਾ ਵੀ ਜਿਹੜੀ ਮੁਹੱਬਤ ਹੈ, ਪਿਆਰ ਹੈ, ਇੰਨੀ ਕੁ ਤਾਕਤ ਏ ਵੀ ਬੰਦੇ ਨੂੰ ਰੱਬ ਬਣਾ ਦੇਗੀ, ਇਹ ਰੱਬ ਦਾ ਰੂਪ ਬਣਾ ਦੇਗੀ. ਗੁਰੂ ਨਾਨਕ ਸਾਹਿਬ ਕਹਿੰਦੇ ਰੱਬ ਨਾਲ ਗੱਲ ਕਰਨੀ ਹੈ ਸਾਚਾ ਸਾਹਿਬ, ਸਾਚ ਨਾ ਹੀ ਭਾਖਿਆ ਭਾਉ ਅਪਾਰ. ਅਤੇ ਇੰਜ ਕਰ, ਸਾਹਿਬ ਜੀ ਕਹਿੰਦੇ ਨੇ ਵੀ ਪਿਆਰ ਦੀ ਬੋਲੀ ਬੋਲ, ਰੱਬ ਜਿਹੜਾ ਹੈ ਉਹ ਪਿਆਰ ਦੀ ਬੋਲੀ ਸਮਝਦਾ ਹੈ. ਆਪਾਂ ਵੇਖਦੇ ਹਾਂ ਵੀ ਜਿਹੜਾ ਸੰਗੀਤ ਹੈ, ਸੰਗੀਤ ਦੀ ਕੋਈ ਭਾਸ਼ਾ ਨਹੀਂ ਹੈਗੀ. There are many things in this world that cannot be fully expressed in language. The first thing that comes to mind is music. Music has no language. For example, when a tabla player plays the tabla, we cannot say with certainty that he is playing in Arabic, English, Hindi, Sanskrit, Malay. Likewise, a person playing the harmonium, we cannot say with certainty that he is playing in French, Dutch, English, etc. The another example is that of a person playing the bean, a musical instrument, to catch a snake. We cannot say whether the bean is being played in Hindi, Punjabi. While music has no language on one hand, it also comprises all languages on the other hand. Music
ਦੀ ਕੋਈ ਭਾਸ਼ਾ ਨਹੀਂ ਹੁੰਦੀ। ਆਪਾਂ ਵੇਖਦੇ ਹਾਂ ਹੁਣੇ ਰਾਗੀ ਸਿੰਘ ਕੀਰਤਨ ਕਰਕੇ ਗਏ ਨੇ, ਹਾਰਮੋਨੀਅਮ ਵਜਾ ਰਹੇ ਸਨ। ਤੁਸੀਂ ਕਹਿ ਸਕਦੇ ਵੀ ਇੰਗਲਿਸ਼ ਦੇ ਵਿੱਚ ਹਾਰਮੋਨੀਅਮ ਵੱਜਦਾ ਪਿਆ ਸੀ ਜਾਂ ਤਾਮਿਲ ਦੇ ਵਿੱਚ ਵੱਜਦਾ ਪਿਆ ਸੀ, ਦੁਨੀਆਂ ਦੇ ਅੰਦਰ ਤਕਰੀਬਨ ਜਿੱਥੇ ਵੀ ਵਾਜਾ ਵੱਜਦਾ ਹੈ ਹਾਰਮੋਨੀਅਮ ਵਜਾਇਆ ਜਾਂਦਾ ਹੈ। ਇਹ ਨਹੀਂ ਆਖਿਆ ਜਾਂਦਾ ਵੀ ਇਹ ਕਿਹੜੀ ਲੈਂਗੁਏਜ ਵਿੱਚ ਕਿਹੜੀ ਭਾਸ਼ਾ ਵਿੱਚ ਵੱਜਦਾ ਪਿਆ ਹੈ। ਮਿਊਜ਼ਿਕ ਦੀ ਕੋਈ ਭਾਸ਼ਾ ਨਹੀਂ ਹੁੰਦੀ, ਜਿੰਨੇ ਵੀ ਸੰਗੀਤ ਨਾਲ ਸੰਬੰਧਿਤ ਸਾਜ਼ ਨੇ ਉਹਨਾਂ ਦੀ ਕੋਈ ਭਾਸ਼ਾ ਨਹੀਂ ਹੈਗੀ। ਹਾਂ, ਦੂਜੇ ਬੰਨੇ ਸਾਰੀਆਂ ਭਾਸ਼ਾਵਾਂ ਦੇ ਅੱਖਰ ਉਹਨਾਂ 'ਚੋਂ ਪੈਦਾ ਹੋ ਸਕਦੇ ਨੇ,